पूरी बोरी लिया मैं दो न्याणे पिंड वाले पूरे रज के खान के आलू चने बैठो जी कर मारे शहर तू जाना नहीं जा रहा गर्मी बहुत है
जोर लेंदा पिया मैं। वाह जी वाह उस्ताद जी वाह। पानी जा रहा है बस पानी खींचे पी लेने पानी आ पी ले ए ले तू मोर पीना पतने की लगी और ठंडा ही बहुत हो गया जी। बिस्मिल्लाहिर्रहमानिर्रहीम अस्सलाम वालेकुम मेरे प्यारे बहन भाई की हाल ने तोड़े जिंदे बसते रहो। ये कुर्बानियाँ नज़दीक आ गई है बकरा नवाओ दुआओ आप ही नवाओ दो ईद की छुट्टियाँ हो गई ने इंजॉय करो ईद के चार दिन जो सानू बहन भरा परदेस देख रहा है अल्लाह मेहनान की भी ईद अच्छी गुजारे माँ प्यो भी गुजारे औलाद भी गुजारे जिंदे बसते रहो। हाँ जी अस्सलाम वालेकुम मेरे प्यारे बहन भाई की हाल थोड़ा उम्मीद कर दिया आप सब खैरियत से होगे अल्लाह के फजल होकर अपना सी ठीक अल्लाह तुम खुश रखे अब भी खैरियत से गए पसीने लंबे पैन तो माशाल्लाह बहुत ही अच्छा माहौल बनाया खड़ा थोड़ी मक्की अभी पिंडू काफ़ी दूर आ गए हैं जी तीन तो चार किलोमीटर यह कोई नहर हैगी साढ़े पिंड की दूसरे पिंड की हद हैगी इस तो परली शहर से साढ़े चक पिंड जमीन हैगी नहर ओली शहर से इस पिंड वाले की असं दूसरे पिंड चु आके मकई बढ़ते पे साढ़े पिंड की मकई जी सी वह सारी सुक गई हूँ लोग मुल तो बढ़ा रहे हैं नहर का सैलाब से पानी का और तां वास्ते थोड़ी जी अगे जरा मालिक है ओनू कुछ होया खड़ा धुप चढ़ी ओनू गर्मी लगी जाती है तो पिटन बनता मिनट बाद बहुत अच्छा बनता है अल्लाह ने भी तंदुरुस्ती दे सब बने बनाव तंदुरुस्ती दे तंदुरुस्ती है सब कुछ है आज अस महीने बाद बाहर निकले हैं घर के मालिक काफ़ी कमजोर हो गया पट्टी सही नहीं लगते थे जे
ਮਾਹੌਲ ਚੱਲ ਗਿਆ ਬਹਿਣਾ ਭਰਾਵਾਂ ਨੂੰ ਖਾਈ ਗਰਮੀ ਬਹਿਣਾ ਭਰਾਵਾਂ ਨੂੰ ਦਿਖਾਈ ਜਾਂਦੀ ਸਰ ਗਰਮੀ ਨਹੀਂ ਲੱਗਦੀ ਪਈ ਇੱਥੇ ਕੋਈ ਨਹੀਂ ਤੁਸੀਂ ਡੱਬੀ ਥਾਂ ਤੇ ਬੈਠੇ ਹੋ ਪਿਆਰੇ ਭੈਣ ਭਾਈ ਮੱਕੀਆਂ ਦੀਆਂ ਕਈ ਛੱਲੀਆਂ ਖੇਤ ਵਿੱਚ ਕੱਢ ਕੇ ਦਲ ਲਿੱਤੀਆਂ ਨੇ ਪਸੀਨਾ ਬਹੁਤ ਆ ਰਿਹਾ ਫਿਰ ਕੱਪੜਾ ਵੇਟ ਕੇ ਇਹਨੂੰ ਰੇੜੀ ਤੱਕ ਪਹੁੰਚਾਈਏ ਗਰਮੀ ਬਹੁਤ ਆ ਰਹੀ ਹੈ ਬਾਹਰ ਥਾਂ ਤੇ ਮੈਂ ਸਿੱਧੀ ਹਾਂ सारे काम भी मुश्किल ने ये बंदा करा सारे काम सौखे हो जाते हैं करना होना चाहिए A few moments later.
ਸਾਬਤ ਇਸ ਵਾਸਤੇ ਪਾ ਰਹੇ ਕਿ ਤੁਹਾਡੇ ਤੱਕ ਪਹੁੰਚਣ ਵਾਸਤੇ ਮੈਨੂੰ ਬਹੁਤ ਕੁਛ ਸੇਲ ਕਰਨਾ ਪੈ ਗਿਆ। ਕਿਹੜਾ ਟੋਕਰਾ ਸੀ ਕਿ ਮਾਲ ਦੇ ਪੱਠੇ 'ਤੇ ਕੁੱਤਰਦੇ ਸੀ ਨਾ, ਉਹ ਮੈਂ ਸੇਲ ਕਰਤਾ ਸੀ। ਨੈੱਟ ਦਾ ਪੈਕੇਜ ਹੋ ਗਿਆ, ਹੋਰ ਅਖਰਾਜਾਤ ਬਹੁਤ ਹੁੰਦੇ ਨੇ ਇਹ ਯੂਟਿਊਬ 'ਤੇ ਕੰਮ ਕਰਨ ਵਾਸਤੇ, ਅਤੇ ਮੈਂ ਸੇਲ ਕਰਤਾ ਅਤੇ ਹੋਣ ਲੱਗ ਪਿਆ। ਅੱਲਾ ਦੇਵੇਗਾ ਟੋਕਰ ਨਵਾਂ ਲੈ ਲਾਂਗੇ, ਅਤੇ ਇਸੇ ਤਰੀਕੇ ਕੋਈ 10 ਦਿਨ ਹੋਰ ਪਾਵਾਂਗੇ ਜਾਂ 5 ਦਿਨ ਪਾਵਾਂਗੇ। ਇਸੇ ਲੈ ਲੈਣਾ, 4 ਦਿਨ ਦਿੱਤੇ ਸੀ, ਟੋਕਰ ਵੀ ਲੈ ਲਿਆ, ਕੁੱਤਰ ਕੁੱਤਰ ਦਾ ਮਾਲ ਨੂੰ ਪਾਵਾਂਗੇ। ਅਤੇ ਅੱਜ 2 ਦਿਨ ਪਹਿਲੇ ਖਲ ਵੀ ਲੈਂਦੀ ਸੀ ਮਾਲ ਵਾਸਤੇ। ਬਾਜੀ ਕਹਿ ਰਹੀ ਸੀ ਕਿ ਤੁਹਾਡਾ ਮਾਲ ਕਾਫੀ ਕਮਜ਼ੋਰ ਹੈ, ਇੱਕ ਬਾਬਾ ਜੀ ਹੈਗੇ ਨੇ ਸਾਡੇ, ਉਹ ਵੀ ਕਹਿ ਰਹੇ ਸੀ ਕਿ ਮਾਲ ਤੁਹਾਡਾ ਕਾਫੀ ਕਮਜ਼ੋਰ ਹੈ, ਤੂੰ ਖਲ ਤਾਂ ਲੈ ਦਈਏ, ਖਲ ਵੇ ਕੇ ਤੂੜੀ 'ਤੇ ਪਾ ਕੇ ਮਾਲ ਨੂੰ ਪਾ ਦੇ ਦਈਏ, ਅਤੇ ਮਾਲ ਮਾਸ਼ਾਅੱਲਾ ਅੱਗੇ ਨਾਲ ਕਾਫੀ ਬਿਹਤਰ ਹੈ, ਖੁਸ਼ ਵੀ ਹੈ। ਅਤੇ ਇੱਥੇ ਤੁਸੀਂ ਪੁੱਤਰ ਚਾਹ ਬਣਾਓ, ਠੰਡਾ ਪਾਣੀ ਨਹੀਂ ਪੀਣਾ ਕਿਉਂਕਿ ਸਹੀ ਨਹੀਂ ਲੱਗਦਾ, ਗੜੇ ਦਾ ਪਾਣੀ ਅੱਛਾ ਲੱਗਦਾ। ਔਰ ਚਾਹ ਦਾ ਕੱਪ ਪੀਆਂਗੇ ਫਿਰ ਜਾਵਾਂਗੇ ਸ਼ਹਿਰ, ਕਿਉਂਕਿ ਪਰਸੋਂ ਈਦ ਹੈਗੀ ਹੈ, ਅਤੇ ਈਦ ਦਾ ਸਮਾਨ ਵੀ ਲੈਣਾ, ਕਿਉਂਕਿ ਰੇਹੜੀ ਦੇ ਉੱਤੇ ਆਲੂ ਛੋਲੇ ਵਗੈਰਾ ਵੀ ਵੇਚਣੇ, ਸ਼ਰਬਤ ਵੀ ਵੇਚਣਾ, ਹੋਰ ਚੀਜ਼ਾਂ ਵੀ, ਪਾਪੜ ਛਾਪੜ ਲੈ ਆਵਾਂਗੇ ਜਿਹੜੇ ਬੱਚੇ ਨੇ ਤੋਂ ਵੀ ਕਮਾਵਾਂਗੇ। ਜਿੰਦੇ ਬਸਦੇ ਰਹੋ। ਅਤੇ ਚਾਹ ਦਾ ਕੱਪ ਪੀ ਕੇ ਫਰੈਸ਼ ਹੋ ਕੇ ਚੱਲਦੇ ਹਾਂ ਸ਼ਹਿਰ ਨੂੰ, ਸ਼ਹਿਰ ਦਾ ਬਾਲ ਵੀ ਬਹਿਣਾ ਬਣਾਉਣ ਦਿਖਾਵਾਂਗੇ, ਮੰਡੀਆਂ ਦਿਖਾਵਾਂਗੇ ਕਿ ਅੱਜ ਮੰਡੀ ਦਾ ਕੀ ਰੇਟ ਹੈ, ਖਾਸ ਕਰ ਲਾਲ ਟਮਾਟਰ, ਹਰੀਆਂ ਮਿਰਚਾਂ, ਗੰਢੇ, ਲਸਣ, ਅਦਰਕ ਦਾ ਰੇਟ ਇਹਨਾਂ ਨੇ ਡਬਲ ਕਰ ਲੈਣਾ। ਸਾਡੇ ਪਾਕਿਸਤਾਨੀ ਬਹਿਣਾ ਭਰਾਵਾਂ ਨੇ ਬਹੁਤ ਡਬਲ ਰੇਟ ਕਰਤੇ, ਉਹਨਾਂ ਨੂੰ ਪਤਾ ਮਜ਼ਬੂਰ ਸਮਾਨ ਲੈਣਗੇ। ਦਿਖਾਵਾਂਗੇ ਬਹਿਣਾ ਭਰਾਵਾਂ ਨੂੰ ਅੱਜ ਦਾ ਫੁੱਲ ਮਾਹੌਲ। ਦੂਸਰੀ ਗੱਲ ਇੱਕ ਹੋਰ ਹੈ ਕਿ ਅਸੀਂ ਜਿਸ ਦਿਨ ਚੈਨਲ 'ਤੇ ਆਏ ਸੀ ਸਾਨੂੰ ਕੋਈ ਨਹੀਂ ਪਤਾ ਸੀ, ਜਿਵੇਂ ਜਿਵੇਂ ਦਿਨ ਗੁਜ਼ਰਦੇ ਗਿਆ ਸਾਨੂੰ ਲੱਗਦਾ ਹੋ ਗਿਆ ਪਤਾ ਕਿ ਸਾਡੇ ਭੈਣਾਂ ਭਰਾ ਆ ਗਏ। ਅੱਜ ਤੱਕ ਅਸੀਂ ਤੁਹਾਨੂੰ ਸਕ੍ਰਾਈਬਰ ਨਹੀਂ ਸਮਝਿਆ, ਨਾ ਹੀ ਵੀਵਰ ਸਮਝਿਆ, ਨਾ ਹੀ ਕੁਛ ਹੋਰ ਕੁਛ ਸਮਝਿਆ, ਸਿਰਫ ਅਸੀਂ ਸਮਝਿਆ, ਸਿਰਫ ਸਮਝਿਆ, ਸਿਰਫ ਦੈਨਿਕ ਬਰਾ ਤੁਸੀਂ ਸਾਡੇ ਹੋ, ਤੁਸੀਂ ਸਾਡੇ ਬਾਈ ਹੋ, ਭੈਣਾਂ ਹੋ, ਸਾਡੇ ਬੇਟੇ ਹੋ, ਬੇਟੀਆਂ ਹੋ, ਜਿੰਦੇ ਵਸਦੇ ਰਹੋ। ਅਤੇ ਸਭ ਦੀ ਕੁਰਬਾਨੀਆਂ ਅੱਲਾ ਮੀਆਂ ਮਨਜ਼ੂਰ ਫਰਮਾਵੇ, ਜਿੰਦੇ ਵਸਦੇ ਰਹੋ, ਮਾਂ ਪਿਓ ਦੇ ਵਿੱਚ ਖੁਸ਼ ਰਹੋ, ਭੈਣਾਂ ਭਰਾਵਾਂ ਵਿੱਚ ਖੁਸ਼ ਰਹੋ। ਮੱਕੀ ਲੈਣ ਗਏ ਸੀ ਤੇ ਬਹੁਤ ਖੁਜਲੀ ਹੋ ਰਹੀ ਹੈ, ਮੱਕੀ ਵਿੱਚ ਬੜੀ ਕੋਤਾ ਹੈ, ਬੱਬੂ ਬਾਲਦੇ ਰਹਿੰਦੇ ਆ, ਨਾ ਫਰੈਸ਼ ਹੋ ਲੈਂਦੇ ਆ, ਅਗਲੇ ਕੱਪੜੇ ਲਾ ਦਿੰਦੇ ਮੈਂ ਬਾਅਦ ਜਨਾਸਾਂ ਤੂੰ ਕਰਮਾ ਲਈ ਨਵਾ ਲਵਾਂ, ਇਹ ਛੁੱਟ ਕੇ ਆਪੇ ਹੀ ਆ ਗਈ, ਗਰਮੀ ਹੈ ਨਾ ਇਹਨਾਂ ਦਾ ਡੇਲੀ ਕਰਦਾ ਹੈ, ਨਾ ਵੀ ਇਹਨਾਂ ਦਾ ਵੀ ਦਿਲ ਕਰਦਾ ਹੈ ਵੀ ਨਾ ਆਈਏ, ਜਿਵੇਂ ਇਨਸਾਨ ਦਾ ਦਿਲ ਕਰਦਾ ਹੈ। ਮੇਰੇ ਪਿਆਰੇ ਭੈਣ ਭਾਈ, ਨਾ ਦੋ ਕੇ ਫਰੈਸ਼ ਹੋ ਲਿਆ, ਅਤੇ ਬੱਚੇ ਨੇ ਵੀ ਬਣਾਈ ਰੋਟੀ, ਅਤੇ ਤਵੀ 'ਤੇ ਮੈਂ ਬਣਾਈਆਂ ਰੋਟੀਆਂ, ਬਹੁਤ ਦਿਨਾਂ ਬਾਅਦ ਰੋਟੀਆਂ ਬਣਾਈਆਂ ਤਵੀ 'ਤੇ, ਅਤੇ ਰਿਮਸ਼ਾ ਨੇ ਬਣਾਇਆ ਸਾਲਣ, ਆਲੂ ਅਤੇ ਟਾਂਗਰੀ। ਸੈਫ ਅਲੀ ਅਤੇ ਜਿਹੜੇ ਬੱਚੇ ਨਾ ਉਹ ਬਹੁਤ ਸ਼ੌਂਕ ਨਾਲ ਖਾਂਦੇ ਨੇ ਆਲੂ, ਅਲਿਸ਼ਬਾ ਹੋ ਗਈ, ਸੈਫ ਅਲੀ ਹੋ ਗਿਆ, ਅਤੇ ਤਾਂ ਹਰ ਸਬਜ਼ੀ ਦੇ ਵਿੱਚ ਅਸੀਂ ਆਲੂ ਪਾਉਂਦੇ ਹਾਂ। ਤਵੀ ਦੀ ਰੋਟੀਆਂ ਬਹੁਤ ਮਜ਼ੇ ਦੀ ਬਣਦੀਆਂ, ਪੂਲੀਆਂ ਪੂਲੀਆਂ, ਅਸੀਂ ਆਇਆ ਬਾਈ ਇੱਥੋਂ ਤੁਹਾਡੇ ਕੋਲ ਤਵੀ ਲਈ, ਅੱਜ ਅਸੀਂ ਤਵੀ 'ਤੇ ਰੋਟੀਆਂ ਬਣਾਈਆਂ ਮਾਸ਼ਾਅੱਲਾ, ਪੂਲੀਆਂ ਪੂਲੀਆਂ, ਸੋਹਣੀਆਂ ਪੋਲੀਆਂ ਨਹੀਂ, ਨਰਮ ਨਰਮ ਪੋਲੀਆਂ, ਪੋਲੀ ਨਰਮ ਨਰਮ, ਦੇਖੋ ਨਾ ਵੀ ਹੈ ਮਾਸ਼ਾਅੱਲਾ ਸੋਹਣੀਆਂ ਸੋਹਣੀਆਂ।
ਗਰਮ ਕਰ। मेरे प्यारे बहन भाई खाना खा लिया तो हम निकल लगे शहर न कल की टू भी साड़ी पेंचर हो गई तो सैफ ने फटाफट खोल के कढ़ भी दी है तेरे रख जनाब तू फिर सैफ अमनजीत सिंह चौकों से बर्फ लैन वास्ते है तो फिर तो निकल लगे शहर न तुम अपना ख्याल करना है ध्यान रहा जे तो सफाई सूफ करो तो मैं आलू उलू ला के हमने आया अमन तुम है सफाई सुफ करो ईद आ रही है सोना नहीं मेरा दो दिन सौ गया और रह गया ईद तू सोना नहीं दो खोलो जवान और नूर जमाल जल्दी आ गए आ गए दो बंद कर दिया
ਭਾਈ ਇਹ ਹੈਗਾ ਜੀਜੀ ਰੋਡ ਸਾਡਾ ਇਹ ਤਕਰੀਬਨ ਅਸੀਂ 7 ਕਿਲੋਮੀਟਰ ਫਾਸਲਾ ਕਰਕੇ ਆਏ ਹਾਂ ਜੀਜੀ ਰੋਡ ਉੱਤੇ ਆ ਗਏ ਇਹ ਲੈਂਟਰ ਜਾ ਰਿਹਾ ਮੁਲਤਾਨ ਨੂੰ ਅਤੇ ਚੜਵੇ ਜਾ ਰਿਹਾ ਲਾਹੌਰ ਨੂੰ ਇਹ ਅਸੀਂ ਲਾਹੌਰ ਔਰ ਮੁਲਤਾਨ ਦਰਮਿਆਨ ਦੇ ਖੜ੍ਹੇ ਹਾਂ ਉਹ ਬਾਈ ਕਿਆ ਇਹ ਬਾਈ ਰੱਖੇ ਦਾ ਸਾਡੇ ਪਿੰਡ ਦੇ ਨਾਮ ਲਾ ਦਿੱਤਾ ਨਾਮਨ ਆ ਗਿਆ ਜਲਦੀ ਮਗਰ ਮੈਂ ਹੁਣ ਅਸੀਂ ਜਾ ਰਹੇ ਹਾਂ ਨਜ਼ਦੀਕ ਆਪਣੇ ਸ਼ਹਿਰ ਨੂੰ ਇਹ ਤਕਰੀਬਨ 2 ਕਿਲੋਮੀਟਰ ਹੈਗਾ ਨਜ਼ਦੀਕ ਸ਼ਹਿਰ ਹੀ ਇਹ ਬਲਕਿ ਹਦੂਦ 'ਚ ਅਸੀਂ ਆ ਗਏ ਸ਼ਹਿਰ ਦੇ 'ਚ Thousand years later. तो मेरे प्यारे बहन भाई आलू ने पूरी बोरी लैन दी पूरी बोरी लैन दी मैं दो दिन न्याणे पिंड वाले पूरे रज के खान के आलू चने ते कुछ समान लैंदा घर दे इस्तेमाल दा गंडे लैंदे ने चावल लैंदे जेड़े ईद वाले दिन दरदा घर बनेगा आलू बुखारा बनावे बिच पावे काला नमक है इसी तरीके की लैं थोड़ी बहुत कल का टाइम है कल का टाइम फिर अभी जावे शहर कोई होर चीज रही तो भी लेवे यकदम तो याद रहा नहीं सुना की लेना से और स्किन दवाई भी लेनी वो याद नहीं रहा गर्मी के हाल बहते पर गर्मी की हालात हो गए इन्ना टाइम नहीं कि जगह खतर आता नहीं टाइम मिले या चाह पी के फिर क्ढन लगे रेडी तो सानू इजाजत दौ अज की वीडियो इतनी मिलेंगे जरूर कल किसी अच्छी वीडियो न अल्लाह सुन दे अल्लाह सुन दे।